ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਤਾਂ ਤੁਹਾਡੀ ਜੋ ਮਦਰ ਟੰਗ ਆ ਉਹ ਪੰਜਾਬੀ ਹੈ ਤਾਂ ਪੰਜਾਬੀ ਚੈਲੰਜ ਕਰਨਾ ਉਹ ਥੋੜ੍ਹਾ ਸ਼ੋਭਾ ਨਹੀਂ ਦਿੰਦਾ ਮੇਰੇ ਖਿਆਲ, ਹੈ ਨਾ, ਕਿਉਂਕਿ ਜੇ ਆਪਣੀ ਹੈ ਹੀ ਪੰਜਾਬੀ ਮਾਂ ਬੋਲੀ ਤਾਂ ਫਿਰ ਪੰਜਾਬੀ ਬੋਲਣ ਲਈ ਵੀ ਤੁਹਾਨੂੰ ਚੈਲੰਜ ਕਰਨਾ ਪੈ ਰਿਹਾ ਹੈ। ਆਈ ਡੋਂਟ ਨੋ ਅਬਾਊਟ ਦੈਟ ਯਾਰ, ਲੇਕਿਨ ਇੱਕ ਜੀਪ ਕਾਲੀ ਹੋਵੇ ਨਹੀਂ, ਸਪੀਡ 40 ਬੀਟ ਇੰਟੈਂਸ ਵਾਲੀ, ਫੇਰ ਕੰਮ ਸੈੱਟ ਆ। वेलकम बैक टू अवर चैनल जिसका नाम है पंजाबी लिव एक्स्ट्रा। मैं थोड़ा दर्शन मीर सिंह। सो टुडे वी आर गोना रिएक्ट अ वीडियो टाइटल तुसी ऑलरेडी पढ़ लिया है, तो इन्हां ते आपां वीडियो पहली बार देख रहे हैं, ब्लॉग है, ब्लॉग रिएक्शन करांगे। एंड इहदे विच चैलेंज है कि सारा दिन इन्होंने पंजाबी बोलनी है। देखो आई डोंट नो कि ये जो जिन्हां दी आपां वीडियो देख रहे हैं ये वैसे पंजाबी हैगे है जां नहीं हैगे, इन्हां नूं पंजाबी आउंदी है जां नहीं आउंदी, मैनूं उहदे बारे पता नहीं है। लेकिन पंजाबी मां बोली नूं लैके आपां अपने मेन चैनल ते बहुत सारियां वीडियोज़ अपलोड कीतियां, तो हुण देखांगे। ये वीडियो मैं एक्चुअली इसे करके सिलेक्ट की सी कि देखते हैं कि की इहदे च सस्पेंस है। So, Assalamualaikum everybody, क्या हाल चाल है जी, थोड़ा तबीयत से ठीक ठाक है ना? क्या हाल चाल पंजाबी बोलो या उर्दू बोलो? उर्दू वाली पंजाबी। हाँ जी, उर्दू वाली पंजाबी। की हाल चाल है थोड़ा? ठीक ठाक हो ना? तबीयत से सेट है ना आप लोगों की? मैंने तो यार कल दांत निकलवाए। यार अभी ये बोलते बोलते मेरे माइंड में आइडिया आया कि आज का सारा व्लॉग हम लोग पंजाबी में ना करें। हम कर लेंगे, आप आजकल मैं भी कर रहे हैं। मम्मी डैडी वाली क्या बात है यार, मेरी मादरी जुबान है पंजाबी। यार जाट जाट, मतलब बचपन से लेकर घर में, फिर उसके बाद स्कूल में भी, फिर ओदे बाद स्कूल च भी असि पंजाबी बोलते आए हैं। तो आज ब्लॉग अगर पंजाबी च बना लांगे तो कोई टेंशन या मसला हां कोई मौत नहीं पैन लगी सानू, पहली गल कोई नहीं है, ठीक है। तो फिर आज दा ब्लॉग असि सारा पंजाबी च बनावांगे। चलो चलो चलो, एक ही डब्बा फाड़ लिया तुसी, डब्बे च गर्मा पाया, भूख बड़ी लगी सी। मैं क्या अगर डाइट ते नहीं है तो थोड़े फ्रूट श्रूट खाने हैं, तड़ पीछे भूंड पीड़े जेड़ा मनु अगे बड़ी जोर दी लड़ी है। भूंड पीले वाला है आए पड़ा लड़दा, ओ टिकाने लगता फिर मैनू है ਸਨਮੀ ਸਿੰਘ ਇੱਥੇ ਗੱਡੀ ਚ ਬੋ, ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਗੱਡੀ ਚ ਬੋ ਹਫ ਸਾਹਿਬ, ਤੁਸੀਂ ਵੀ ਗੱਡੀ ਚ ਬੋ, ਤੁਸੀਂ ਹਫ ਸਾਹਿਬ ਅੱਗੇ ਬੋ ਨਾ, ਤੁਸੀਂ ਵੱਡੇ ਬੰਦੇ ਹੋ। ਹੈਲੋ ਜੀ ਕਮਲ ਮੈਡਮ, ਤੁਹਾਡਾ ਪਾਰਸਲ ਇਹਨੂੰ ਜੀ ਅੰਦਰ ਰੱਖ ਦਿਓ, ਇੱਕ ਮਿੰਟ ਜ਼ਰਾ, ਕਿਉਂਕਿ ਕਮਲ ਮੈਡਮ ਨੂੰ ਮੈਂ ਪਾਰਸਲ ਖੋਲਣ ਨਹੀਂ ਦੇਣਾ। ਇਹ ਰੱਖਦਾ ਮੈਂ ਪਾਰਸਲ ਤੇ ਚਲੋ ਗੱਡੀ ਚ ਬੋ, ਕਿਉਂਕਿ ਅਗਰ ਇਹਨੇ ਪਾਰਸਲ ਖੋਲ ਲਿਆ ਨਾ ਤਾਂ ਫਿਰ ਬਹੁਤ ਜ਼ਿਆਦਾ ਟਾਈਮ ਇੱਥੇ ਹੈ ਲਾ ਦੇਗੀ ਮੱਦੀ। ਹਮਜ਼ਾ ਓਏ ਮੇਰਾ ਭਰਾ, ਸੀਟ ਅੱਗੇ ਕਰ, ਸੀਟ ਅੱਗੇ ਕਰ ਥੋੜੀ। ਹਾਂ ਇਹ ਕੰਮ ਸੈੱਟ ਹੋਇਆ ਹੈ। ਕੀ ਉਸਤਾਦ ਜੀ, ਮੇਰੀਆਂ ਗਲਾਸਿਸ ਨੇ? ਹਾਂ ਮੇਰੀਆਂ ਨੇ, ਇਹਦੇ ਅੰਦਰ ਦੇਖੋ, ਇਹਦੇ ਅੰਦਰ ਹੈ, ਇਹਦੇ ਅੰਦਰ ਵੀ ਨਹੀਂ ਹੋਣੀਆਂ। ਅੱਛਾ ਅੱਜ ਸਾਡਾ ਪਲਾਨ ਹੈ ਜੀ, ਇੱਕ ਤੇ ਆਪਣਾ, ਨਹੀਂ ਸਹੀ ਹੈ ਯਾਰ, ਮੁੰਡਾ ਪੰਜਾਬੀ ਸਹੀ ਬੋਲ ਰਿਹਾ ਹੈ, ਇਦਾਂ ਦੀ ਗੱਲ ਨਹੀਂ ਹੈ। ਹਾਂ ਗਲਾਸਿਸ ਦਿਖਾਉਣ ਵਾਸਤੇ ਜਾਣਾ ਹੈ, ਔਰ ਦੂਸਰਾ ਡੈਂਟਿਸਟ ਕੋ ਵੀ ਅੱਜ ਅਪਾਇੰਟਮੈਂਟ ਹੈ ਆਪਣੀ, ਕਿਉਂਕਿ ਮੈਂ ਜਿਹੜਾ ਕੱਲ ਦੰਦ ਕਢਵਾਇਆ ਸੀ ਨਾ ਉਸ ਦੰਦ ਦਾ ਜ਼ਖਮ ਸ਼ਖਮ ਚੈੱਕ ਕਰਵਾਉਣਾ ਹੈ ਅੱਜ ਤੁਹਾਡੇ ਭਾਈ ਨੇ। ਦੇਖੋ ਵੀ ਵਲੌਗਰਸ ਦੇ ਕੋਲ ਵਾਹੀ ਗੱਲਾਂ ਹੁੰਦੀਆਂ, ਤੇ ਦੇਖੋ ਫਿਰ ਕਿਸ ਤਰ੍ਹਾਂ ਦੀ ਹਾਲਤ ਹੈ ਜ਼ਖਮ ਸ਼ਖਮ ਦੀ। ਇਸ ਵਾਸਤੇ ਡੈਂਟਿਸਟ ਕੋ ਜਾਣਾ ਬੜਾ ਜ਼ਰੂਰੀ ਹੈ, ਔਰ ਨਾਲ ਨਾਲ ਇਹ ਗਰਮਾ ਖਾਣਾ ਵੀ ਬੜਾ ਜ਼ਰੂਰੀ ਹੈ। ਹਾਂ ਨਾਲੇ ਸਾਦਰ ਭਾਈ ਦਾ ਕੀ ਕਰਨਾ ਹੈ, ਇੰਨੀਆਂ ਕੇਬਲਾਂ, ਇੰਨੀਆਂ ਕੇਬਲ ਗਰਮਾ ਗਿਆ ਨਾ ਇਹਨਾਂ ਨੇ, ਮੈਨੂੰ ਤਾਂ ਪੇਠਾ ਲੱਗਾ, ਮਿੱਠਾ ਪੇਠਾ ਹੁੰਦਾ ਜਿਹੜਾ ਸਾਡੇ ਇਧਰ ਪੇਠਾ ਕਹਿੰਦੇ, ਸ਼ਾਇਦ ਉਹੀ ਹੈ ਜਾਂ ਕੁਝ ਹੋਰ। ਨਹੀਂ ਕੇਬਲ ਦਾ ਕੰਮ ਤੇ ਨਹੀਂ ਕਰਦੇ। ਚਲੋ ਠੀਕ ਹੈ ਆਪ ਸਾਹਿਬ, ਤੁਹਾਡਾ ਅੱਜ ਵੀ ਕੰਮ ਰਹਿ ਗਿਆ, ਤੁਹਾਨੂੰ ਜ਼ਰੀਲ ਕਰਾ ਫੋ, ਮੇਰਾ ਨਹੀਂ ਹੈ ਕੋਈ ਕਸੂਰ, ਤੁਹਾਡਾ ਕਸੂਰ ਹੈ, ਕਸੂਰ ਹਾਂ ਤੇਰਾ ਨਹੀਂ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ ਹੈ। ਔਰ ਤੁਹਾਡਾ ਨਹੀਂ ਹੈ, ਨੂਰ ਜਹਾਨ ਕਾ। ਓਏ ਤੂੰ ਉਰਦੂ ਬੋਲ ਰਹੀ ਹੈ? ਤੂੰ ਉਰਦੂ ਬੋਲ ਰਿਹਾ ਹੈ? ਮੈਂ ਨਹੀਂ ਉਰਦੂ ਬੋਲ ਰਿਹਾ, ਤੇਰਾ ਚੈਲੰਜ, ਮੇਰਾ ਚੈਲੰਜ ਨਹੀਂ ਗਾ, ਤੂੰ ਬੋਲ ਰਿਹਾ। ਨਹੀਂ ਸਾਰਿਆਂ ਨੇ ਪੰਜਾਬੀ, ਤੂੰ ਨਹੀਂ ਕਰਕੇ ਬੁਲਾਣਾ ਅੰਦਰ, ਬਸ ਤੂੰ ਕਰਕੇ ਬੁਲਾਇਆ ਨਾ ਤੂੰ ਸੁਣ ਖਾਏਗਾ। ਤੁਸੀਂ ਉਰਦੂ ਬੋਲ ਰਹੇ ਹੋ ਯਾਰ, ਮਨੋਂ ਤੂੰ ਜ਼ਲੀਲ ਕਿਉਂ ਕਰਾ ਰਹੇ? ਤੁਸੀਂ ਸਾਰੇ ਜ਼ਲੀਲ ਹੋਣ ਵਾਲੇ ਹੋ, ਤੁਹਾਡੀ ਕਿਸਮਤ 'ਚ ਜ਼ਲੀਲ ਹੋਣਾ ਲਿਖਿਆ ਹੈ। ਆਈਸਕ੍ਰੀਮ ਖਾ ਲਓ, ਤੁਹਾਡੇ ਦਾੰਤ ਕੇ ਲਈ ਬਿਹਤਰ ਹੈ। ਫੇਰ ਉਰਦੂ? ਅੱਛਾ ਇੱਕ ਗੱਲ ਮੈਂ ਇੱਥੇ ਐਡ ਕਰੂੰਗਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਤਾਂ ਤੁਹਾਡੀ ਜੋ ਮਦਰ ਟੰਗ ਆ ਉਹ ਪੰਜਾਬੀ ਹੈ ਤਾਂ ਪੰਜਾਬੀ ਚੈਲੰਜ ਕਰਨਾ ਉਹ ਥੋੜ੍ਹਾ ਸ਼ੋਭਾ ਨਹੀਂ ਦਿੰਦਾ ਮੇਰੇ ਖਿਆਲ, ਹੈ ਨਾ, ਕਿਉਂਕਿ ਜੇ ਆਪਣੀ ਹੈ ਹੀ ਪੰਜਾਬੀ ਮਾਂ ਬੋਲੀ ਤਾਂ ਫਿਰ ਪੰਜਾਬੀ ਬੋਲਣ ਲਈ ਵੀ ਤੁਹਾਨੂੰ ਚੈਲੰਜ ਕਰਨਾ ਪੈ ਰਿਹਾ ਹੈ। ਆਈ ਡੋਂਟ ਨੋ ਅਬਾਊਟ ਦੈਟ ਯਾਰ, ਲੇਕਿਨ ਦੇਖੋ ਚਾਹੇ ਗੁੱਸਾ ਨਾ ਕਰਿਓ ਪਰ ਗੱਲ ਇਹ ਸਹੀ ਹੈ, ਹੈ ਨਾ। ਜੇ ਤਾਂ ਹੋਵੇ ਨਾ ਕਿ ਚਲੋ ਪੰਜਾਬ ਹੁਣ ਮੇਰੇ ਵਰਗਾ ਬੰਦਾ ਕਰੇ ਕਿ ਮੈਂ ਇੱਕ ਚੈਲੰਜ ਕਰਾਂ ਜਿਹੜੀ ਲੈਂਗੁਏਜ ਮੈਨੂੰ ਘੱਟ ਆਉਂਦੀ ਹੈ, ਜਿਹੜੀ ਮੇਰੀ ਮਾਂ ਬੋਲੀ ਆ ਉਹਦੇ ਲਈ ਚੈਲੰਜ ਕਰਨ ਦੀ ਲੋੜ ਨਹੀਂ। ਪਤਾ ਲੱਗ ਰਿਹਾ ਕਿ ਡੇਲੀ ਰੂਟੀਨ ਦੇ ਵਿੱਚ ਉਹ ਪੰਜਾਬੀ ਨਹੀਂ ਬੋਲਦੇ, ਜਿਹੜੀ ਕਿ ਮੇਰੇ ਖਿਆਲ ਪਾਕਿਸਤਾਨ ਦੇ ਵਿੱਚ ਨਾ ਬਹੁਤ ਇੱਕ ਵੱਡੀ ਪ੍ਰੋਬਲਮ ਹੈ, ਸ਼ਾਇਦ ਇੰਡੀਆ ਦੇ ਵਿੱਚ ਐਡੀ ਵੱਡੀ ਪ੍ਰੋਬਲਮ ਇੰਡੀਆ ਦੇ ਵਿੱਚ ਵੀ ਹੈਗੀ ਹੈ, ਠੀਕ ਹੈ, ਲੇਕਿਨ ਇੰਨੀ ਜ਼ਿਆਦਾ ਨਹੀਂ ਹੈ ਸ਼ਾਇਦ ਜਿੰਨੀ ਉੱਧਰ ਆ ਕੇ ਉੱਧਰਲੇ ਲੋਕ ਜਿਹੜੇ ਆ ਪੰਜਾਬੀ ਇਹ ਘੱਟ ਬੋਲਦੇ ਆ।
ਪਰ ਜਿਹੜੇ ਬੋਲਦੇ ਆ ਉਹ ਸਿਰੇ ਦੀ ਬੋਲਦੇ ਆ ਟਕਾ ਕੇ ਹੈ ਆਈਸਕ੍ਰੀਮ ਖਾ ਲੈ ਤੇਰੇ ਦੰਦ ਵਾਸਤੇ ਖਾ ਲੈ ਨਹੀਂ ਖਾ ਲੋ ਖਾ ਲੈ ਮੈਂ ਖਾ ਲਈ ਜਾਣਾ ਨਹੀਂ ਪੰਜਾਬੀ ਬੋਲਨੀ ਹੈ ਲੇਕਿਨ ਰਿਸਪੈਕਟ ਵਾਲੀ ਅ ਫਿਊ ਮਿੰਟਸ ਲੇਟਰ ਹਮਜ਼ਾ ਦਾ ਲਾਇਸੈਂਸ ਵਾਲਾ ਕੰਮ ਤੇ ਅੱਜ ਵੀ ਨਹੀਂ ਹੋ ਪਾਇਆ ਜੀ ਲਾਇਸੈਂਸ ਨਹੀਂ ਲਸੰਸ ਪੰਜਾਬੀ ਚ ਤੇ ਫੇਰ ਹੁਣ ਅਸੀਂ ਆਪਣੀ ਦੂਸਰੀ ਜਗ੍ਹਾ ਤੇ ਆ ਚੁੱਕੇ ਹਾਂ ਮਤਲਬ ਕਿ ਦੰਦਾਂ ਵਾਲੇ ਡਾਕਟਰ ਕੋਲ ਡਾਕਟਰ ਸਾਹਿਬ ਕਿੱਥੇ ਨੇ ਅੰਦਰ ਨੇ ਵੇਟ ਤੇ ਨਹੀਂ ਕਰਨਾ ਪਏਗਾ ਨਹੀਂ ਕੋਈ ਵੇਟ ਨਹੀਂ ਕਰਨਾ ਪਏਗਾ ਉਹ ਕਹਿ ਰਹੇ ਆ ਜਾਓ ਆਇਓ ਉਹ ਆ ਕੇ ਇੱਥੇ ਬਹਿ ਗਈ ਯਾਰ ਆ ਜਾਓ ਅੱਜ ਡਾਕਟਰ ਸਾਹਿਬ ਨਾਲ ਵੀ ਪੰਜਾਬੀ ਬੋਲਾਂਗੇ ਅਸਲਾਮ ਅਲੈਕੁਮ ਡਾਕਟਰ ਸਾਹਿਬ ਕੀ ਹਾਲ ਹੈ ਠੀਕ ਡਾਕਟਰ ਸਾਹਿਬ ਵੀ ਬਲੌਗ ਜੀ ਲਿਆਂਦੇ ਅੱਛਾ ਵੇਟ ਕਰਨਾ ਪਏਗਾ ਨਹੀਂ ਪਊਗਾ ਪੰਜਾਬੀ ਬੋਲਣੀ ਤਾਂ ਪਊਗਾ ਤੁਸੀਂ ਸੁਣਾਓ ਕੀ ਹਾਲ ਹੈ ਠੀਕ ਠਾਕ ਤੁਸੀਂ ਵੀ ਪੰਜਾਬੀ ਮੈਂ ਤੇ ਅੱਜ ਪੰਜਾਬੀ ਚ ਹੀ ਸਾਰਾ ਵਲੌਗ ਬਣਾ ਪੰਜਾਬੀ ਤਾਂ ਸਾਡਾ ਫੇਵਰਿਟ ਹੈ ਹਾਂ ਨਾ ਯਾਰ ਅੱਛਾ ਮੈਂ ਸਮਝ ਰਿਹਾ ਸੀ ਸ਼ਾਇਦ ਡਾਕਟਰ ਸਾਹਿਬ ਹੈਰਾਨ ਹੋਣਗੇ ਇਹ ਕਿ ਪੰਜਾਬੀ ਬੋਲਣ ਲੱਗ ਗਿਆ ਡਾਕਟਰ ਸਾਹਿਬ ਨੇ ਮੈਨੂੰ ਤਾਂ ਬੜੀ ਖੁਸ਼ੀ ਹੋਈ ਅਪਰੀਸ਼ੀਏਟ ਹਾਂ ਬਹੁਤ ਖੁਸ਼ੀ ਹੋਈ ਡਾਕਟਰ ਸਾਹਿਬ ਕਿਹਾ ਮੇਰਾ ਦਾੰਤ ਅੰਦਰ ਚੈੱਕ ਕਰੇ ਬਿਲਕੁਲ ਅੰਦਰ ਚੈੱਕ ਕਰ ਆ ਜਾ ਡਾਕਟਰ ਸਾਹਿਬ ਇਹ ਕਬ ਤੱਕ ਠੀਕ ਹੋ ਜਾਏਗਾ ਉਹ ਕੀ ਬਣਾਇਆ ਹੈ ਉਹ ਨਹੀਂ ਉਹ ਦੋ ਆਂਦੀ ਹੁਣ ਤੋਂ ਡਾਕਟਰ ਸਾਹਿਬ ਕਦੋਂ ਤੱਕ ਠੀਕ ਹੋ ਜਾਏਗਾ ਹੈ ਠੀਕ ਠੂਕ ਕੋਈ ਨਹੀਂ ਹੋਣਾ ਅੱਛਾ ਇਹ ਇੰਜ ਹੀ ਰੱਖਣਾ ਸੀ ਅੱਛਾ ਤੇ ਸਾਰੀ ਜ਼ਿੰਦਗੀ ਉਹਨੂੰ ਕਲੀਨਿਕ ਦੇ ਚੱਕਰ ਲਵਾਉਂਦੇ ਰਹੇ ਕਾਬੂ ਰੱਖਣਾ ਸਹੀ ਹੈ ਤੂੰ ਤੇ ਨਹੀਂ ਉਹਨਾਂ ਨੂੰ ਕੁਛ ਦੇ ਦੋ ਆ ਕੇ ਕੰਮ ਕਰਾ ਲਈ ਉਹਨੂੰ ਜ਼ਰਾ ਕਲੀਨਿਕ ਤੇ ਹੀ ਮਸਰੂਫ ਰੱਖੋ ਇਹਨੂੰ ਤੇ ਜ਼ਰਾ ਤੇ ਦੰਦ ਭੰਨੋ ਕੱਢ ਡਾਕਟਰ ਸਾਹਿਬ ਨੇ ਮੇਰਾ ਦੰਦ ਭਾਨ ਨਹੀਂ ਦਿੱਤਾ ਇੱਕ ਅੱਜ ਦੂਸਰਾ ਭੰਨਣਾ ਹੂੰ ਨਹੀਂ थोड़ा मेरे दंद च दर्द शर्द भी हो रहा वे थोड़ा थोड़ा उर्दू वाला लफ्ज है थोड़ा 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 पंजाबी वाला लफ्ज है नहीं 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 तू पंजाबी दे विच बोल पंजाबी च हुन हल्का हल्का जिहा मेरे दंदा च दर्द हो रहा है हां ए पंजाबी दा लफ्ज थैंक यू सर ओ थैंक यू बोल गया पंजाबी दा लफ्ज हैगा माड़ा 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 जा हल्का हल्का भी हिंदी दा थैंक यू नूनू पंजाबी च की कहिदा शुक्रिया भाजी शुक्रिया भी उर्दू दा लफ्ज ही पंजाबी च शुक्रिया उर्दू नहीं हां शुक्रिया उर्दू दा मेरे ख्याल आया अरबी तो है शुक्राना शुक्राना तो है ना की कहिदा थैंक यू नूनू पंजाबी च की कहिदा हां धन्यवाद थैंक यू नूनू पंजाबी च की कहिदा थैंक यू नूनू पंजाबी च वेलकम जी तुम जी आया नू जी आया जी आया नू वेलकम कहिदा हां जी हां थैंक यू नू धन्यवाद जी आया नू वेलकम ओ सानू वेलकम कर थैंक यू कहना ना मैं की कहवा पंजाबी तो कुछ भी पंजाबी जो दिल करदा कहवे ओ भला होवे जे ये भला होवे जे ये थैंक यू दा मतलब हुंदा ना भला होवे जे है ना फिर क्या हुंदा है मेनू आज समझ नहीं आ रही मेनू भी समझ नहीं आ रही यार अगर थानू समझ आ रही है तो कमेंट सेक्शन च मेनू दस दियो चलो ਇਹ ਹਾਲਤਾਂ ਆਪਾਂ ਨੂੰ ਹੁਣ ਦੇਖਣ ਨੂੰ ਮਿਲ ਰਿਹਾ ਨਾ ਮਤਲਬ ਵਲੌਗਸ ਦੇ ਵਿੱਚ ਇੱਕ ਇਹ ਅੱਗੇ ਜਦੋਂ ਜਾ ਕੇ ਦੇਖੋ ਕੀ ਹਾਲ ਹੋਣਾ ਕਿਉਂਕਿ ਜੇਕਰ ਆਪਾਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਨਾ ਬਚਾਇਆ ਤਾਂ ਠੀਕ ਹੈ ਅੱਗੇ ਜਾ ਕੇ ਇਹੀ ਹੋਣਾ ਹੈ ਸੋਚਦੇ ਰਹਿਣਾ ਕਿ ਇਹਨੂੰ ਕਹਿੰਦੇ ਕੀ ਹੈ ਤੈਨੂੰ ਇੰਨਾ ਫ੍ਰੀ ਕਿਹਨੇ ਕੀਤਾ ਹੱਥ ਪਿੱਛੇਗਾ ਓਏ ਪੈਰ ਉਹਨਾਂ ਨੇ ਲਿਖਿਆ ਵੀ ਇਹ ਡੂ ਨਾਟ ਸਟੈਪ ਹੇਅਰ ਤੂੰ ਫੇਰ ਉੱਥੇ ਪੰਜਾਬੀ ਚ ਕੀ ਮੈਂ ਇੱਥੇ ਪੈਰ ਨਹੀਂ ਰੱਖਨੇ ਅਨੰਦ ਸਾਹਿਬ ਨੂੰ ਮਾਰੀਓ ਨਾ ਮੇਰੇ ਨਾਲ ਹੀ ਭਰਾ ਆ ਮਿਹਰਬਾਨੀ ਮਾਰੀਓ ਨਾ ਯਾਰ ਅਨੰਦ ਸਾਹਿਬ ਕਹਿ ਰਹੇ ਮੈਨੂੰ ਤਿਆਰ ਤੇ ਹੋਣ ਦਿਓ ਅਸਲਾਮ ਅਲੈਕੁਮ ਸਰ ਕੀ ਹਾਲ ਹੈ ਅੱਲਾਹ ਅਕਬਰ ਤੁਸੀਂ ਸੁਣਾਓ ਠੀਕ ਠਾਕ ਸਰ ਇਸ ਬੰਦੇ ਨੇ ਆਪਣੇ ਰੂਮ ਸ਼ੂਮ ਵਾਸਤੇ ਕੋਈ ਟੇਬਲ ਸ਼ੇਬਲ ਲੈਣਾ ਸੀ ਇਸ ਵਾਸਤੇ ਅਸੀਂ ਇਹਨੂੰ ਲੈ ਕੇ ਆਏ ਆ ਹੁਣ ਅਨੰਦ ਭਾਈ ਦੇ ਕੋਲ ਤੇ ਅਨੰਦ ਭਾਈ ਸਾਨੂੰ ਟਾਈਮ ਦੇਣ ਦੀ ਬਜਾਏ ਚਲੇ ਗਏ ਨੇ ਕਿਚਨ ਚ ਤਾਂ ਕਿ ਸਾਡੇ ਵਾਸਤੇ ਆਪਣੇ ਹੱਥਾਂ ਨਾਲ ਮਿੰਟ ਮਾਰਗਰੀਟਾ ਬਣਾ ਕੇ ਲਿਆ ਮਾਰਗਰੀਟਾ ਇੰਗਲਿਸ਼ ਦਾ ਲਫ਼ਜ਼ ਹੈ ਉਹ ਮਿੰਟ ਮਾਰਗਰੀਟਾ ਨੂੰ ਪੰਜਾਬੀ ਉਰਦੂ ਸਾਰਿਆਂ ਚ ਮਿੰਟ ਮਾਰਗਰੀਟਾ ਹੀ ਕਹਿੰਦੇ ਨੇ ਉਹ ਬਣਾ ਰਹੇ ਲੱਗਦਾ ਕੋਈ ਕਮੀ ਰਹਿ ਗਈ ਇਸ ਵਾਸਤੇ ਚੈੱਕ ਕਰ ਰਹੇ ਨੇ ਨਮਕ ਕਮ ਹੀ ਲੱਗਦਾ ਨਮਕ ਕਮ ਹੈ ਨਹੀਂ ਨਮਕ ਘੱਟ ਹੈ ਪੁਦੀਨੇ ਦਾ ਪਾਣੀ ਨਮਕ ਨਹੀਂ ਲੂਣ ਲੂਣ ਘੱਟ ਹੈ ਮਾਰਗਰੀਟਾ ਪੁਦੀਨੇ ਦਾ ਪਾਣੀ ਕਹਿੰਦੇ ਤੇ ਕਿਹਨੂੰ ਕਹਿੰਦੇ ਨੇ ਪੁਦੀਨੇ ਨੂੰ ਕਹਿੰਦੇ ਨੇ ਤੇ ਗਰੀਟਾ ਮੈਨੂੰ ਨਹੀਂ ਪਤਾ ਕਿਹਨੂੰ ਕਹਿੰਦੇ ਪੁਦੀਨੇ ਵਾਲਾ ਸ਼ਰਬਤ ਪੁਦੀਨੇ ਵਾਲਾ ਸ਼ਰਬਤ ਪੁਦੀਨੇ ਦਾ ਸ਼ਰਬਤ ਪੁਦੀਨੇ ਵਾਲਾ ਸ਼ਰਬਤ ਪੁਦੀਨੇ ਦਾ ਸ਼ਰਬਤ ਐ ਇਹ 1000 ਕਮੀਨੇ ਦਾ ਸ਼ਰਬਤ ਐ ਜੀ ਹਨਾਨ ਭਾਈ ਬਣਾ ਕੇ ਲਿਆਏ ਨੇ ਮੇਰੇ ਵਾਸਤੇ ਕੀ ਨਾਂ ਰੱਖਿਆ ਸੀ ਪੁਦੀਨੇ ਵਾਲਾ ਸ਼ਰਬਤ ਪੁਦੀਨੇ ਵਾਲਾ ਸ਼ਰਬਤ ਉਹਦੇ ਬੈਨ ਦਾ ਸਟਾਈਲ ਚੈੱਕ ਅੱਲਾ ਮਾਫ ਕਰੇ ਚੈੱਕ ਕਰੋ ਅਸੀਂ ਤਾਂ ਮੈਂ ਸਹੀ ਹਾਂ ਰਿਚ ਕਿਹਦਾ ਲੱਗਿਆ ਜੀ ਪੁਦੀਨੇ ਦਾ ਸ਼ਰਬਤ ਬਹੁਤ ਫਿੱਟ ਤੁਹਾਨੂੰ ਕਿਹਦਾ ਲੱਗਿਆ
ਮੈਨੂੰ ਵੀ ਬਹੁਤ ਜ਼ਿਆਦਾ ਜ਼ਬਰਦਸਤ ਲੱਗਿਆ ਅਨੰਦ ਭਾਈ ਪੀਣ ਤੋਂ ਪਹਿਲੀ ਤਾਰੀਫ ਕਰਤੀ ਚੈੱਕ ਕਰੋ 2 hours later ਹੁਣ ਜੀ ਅਸੀਂ ਆ ਚੁੱਕੇ ਹਾਂ ਘਰ ਹਮਦਾ ਨੇ ਜਿਹੜਾ ਟੇਬਲ ਵੇਖਣਾ ਸੀ ਉਹ ਵੇਖ ਲਿਆ ਅੰਦਰ ਹੀ ਉਹਨੂੰ ਕਵਲ ਮੈਡਮ ਪਰਦੇ ਦੇ ਨਾਲ ਕੀ ਕਰਨ ਚ ਮਸਰੂਫ ਹੋ ਗਈ ਹੈ ਮੈਂ ਤੇ ਆਪਣੀ ਕੁੜੀ ਨੂੰ ਮੋਢਿਆਂ ਤੇ ਚੁੱਕ ਕੇ ਘੁਮਾਉਂਦਾ ਫਰਾਂਦਾ ਪਿਆ ਮੇਰੇ ਨੱਕ ਨੂੰ ਕੁਛ ਨਹੀਂ ਕਰਨਾ ਠੀਕ ਹੈ ਅੱਛਾ ਮੈਂ ਇਹ ਕਲਿੱਪ ਮੰਗਵਾਇਆ ਕਲਿੱਪ ਮੰਗਵਾਇਆ ਹਾਂ ਆਨਲਾਈਨ ਵਾਹ ਬਹੁਤ ਪਿਆਰਾ ਹੈ ਅੱਛਾ ਯਹਾਂ ਪਤਾ ਕੀ ਯਹਾਂ ਪਤਾ ਗਿਆ ਨਹੀਂ ਇੱਥੇ ਪਤਾ ਕੀ ਪਹਿਲੇ ਇੱਜ਼ਤ ਨਾ ਕਰੋ ਨਾ ਬਾਬਾ ਕੋ ਐਸੇ ਬੁਰੀ ਬਾਤ ਹੈ ਬੁਰੀ ਬਾਤ ਹੈ ਅੱਛਾ ਇਹ ਇਹਨਾਂ ਦੀ ਵਾਈਫ ਹੀ ਹੈ ਉਹਨਾਂ ਨੇ ਖਾ ਰਹੀ ਹੈ ਇੱਥੇ ਪਹਿਲੇ ਮੈਂ ਮਿੱਟੀ ਦਾ ਜਾਂ ਕੋਈ ਸ਼ੀਸ਼ੇ ਦਾ ਰੱਖਿਆ ਹੋਇਆ ਸੀ ਅੱਛਾ ਉਹ 4 ਵਾਰੀ ਟੁੱਟ ਚੁੱਕਿਆ ਹੈ ਅੱਛਾ ਇਸ ਵਜ੍ਹਾ ਤੋਂ ਮੈਂ ਪਲਾਸਟਿਕ ਦਾ ਮੰਗਵਾਇਆ ਅੱਛਾ ਨਾ ਟੁੱਟੇਗ੾ੀ ਨਾ ਜਾਨ ਛੁੱਟੇਗੀ ਇਹ ਵੀ ਆਨਲਾਈਨ ਮੰਗਵਾਇਆ ਇਹ ਵੀ ਆਨਲਾਈਨ ਮੰਗਵਾਇਆ ਮੈਨੂੰ ਤਾਂ ਇਹ ਦੱਸੋ ਇਹ ਵਾਲਾ ਕਲਿੱਪ ਅੱਛਾ ਲੱਗ ਰਿਹਾ ਜ਼ਿਆਦਾ ਕਿ ਇਹ ਵਾਲਾ ਜਿਹੜਾ ਲਾਇਆ ਨਾ ਉਹ ਹੀ ਜ਼ਿਆਦਾ ਅੱਛਾ ਲੱਗ ਰਿਹਾ ਇਹ ਵਾਲਾ ਨਹੀਂ ਏਡਾ ਖਾਸ ਹਾਂ ਬਸ ਠੀਕ ਇਹ ਵੀ ਪਿਆਰਾ ਲੱਗ ਰਿਹਾ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਬਾਹਰ ਬਥੇਰੀਆਂ ਚੀਜ਼ਾਂ ਅੱਛਾ ਜੀ ਬਥੇਰੀਆਂ ਚੀਜ਼ਾਂ ਦਿਖਾਓ ਨਾ ਅੱਛਾ ਜੀ ਇਹ ਲੀਆਂ ਬਾਕੀ ਚੀਜ਼ਾਂ ਮੰਗਵਾਈਆਂ ਪਿਆਰੀਆਂ ਨੇ ਇਹ ਵੀ ਪਤਾ ਨਹੀਂ ਕਿਸ ਤਰ੍ਹਾਂ ਦੀ ਮੈਨੂੰ ਆਦਤ ਪੈ ਗਈ ਹੈ ਕਿ ਬਿਲਾ ਵਜ੍ਹਾ ਜਦੋਂ ਵੀ ਕੁਝ ਬੋਲਣ ਜਾ ਰਹੇ ਮੂੰਹ ਚੋਂ ਉਰਦੂ ਹੀ ਨਿਕਲ ਰਹੀ ਹੈ ਯਾਰ ਚੀਜ਼ਾਂ ਮੰਗਵਾ ਤੇ ਲਿੱਤੀਆਂ ਕਿਉਂਕਿ ਤੁਸੀਂ ਡੇਲੀ ਰੂਟੀਨ 'ਚ ਉਰਦੂ ਬੋਲਦੇ ਹੋ ਭਾਜੀ ਤਾਂ ਕਰਕੇ ਹੁਣ ਲਾਣੀਆਂ ਕਿੱਥੇ ਕਿੱਥੇ ਨੇ ਆ ਪਤਾ ਪੈਸੇ ਜ਼ਾਇਆ ਨਾ ਹੋਣ ਕਿਉਂਕਿ ਚੀਜ਼ਾਂ ਦਾ ਫਾਇਦਾ ਉਦੋਂ ਹੀ ਹੁੰਦਾ ਜਦੋਂ ਉਹ ਚੀਜ਼ਾਂ ਇਸਤੇਮਾਲ ਕੀਤੀਆਂ ਜਾਣ ਨਾ ਕਿ ਤੁਸੀਂ ਪੈਸੇ ਲਾ ਦਿਓ ਬਾਅਦ 'ਚ ਚੀਜ਼ਾਂ ਪਈਆਂ ਰਹਿਣ ਇਹ ਕੰਮ ਅੱਛਾ ਨਹੀਂ ਹੁਣ ਦੀ ਉਮੀਦ ਚੀਜ਼ਾਂ ਵਰਤੀਆਂ ਜਾਣ ਇਸਤੇਮਾਲ ਹਿੰਦੀ ਜਾਂ ਉਰਦੂ ਦਾ ਵਰਡ ਆ ਗਿਆ ਫਿਰ ਮੈਨੂੰ ਨਹੀਂ ਪਤਾ ਇਸਤੇਮਾਲ ਹਿੰਦੀ ਦਾ ਜਾਂ ਉਰਦੂ ਦਾ ਲੇਕਿਨ ਵਰਤੀਆਂ ਵਰਤਣਾ ਪੰਜਾਬੀ ਕਰਦੇ ਹਾਂ ਕਿ ਤੁਹਾਨੂੰ ਅੱਜ ਵਾਲੀ ਪੰਜਾਬੀ ਚ ਸਾਰਾ ਦਿਨ ਵਲੌਗ ਕਰਨ ਵਾਲੀ ਕੋਸ਼ਿਸ਼ ਤੁਹਾਡੇ ਭਾਈ ਦੀ ਪਸੰਦ ਆਈ ਤੇ ਅਗਰ ਤੁਹਾਨੂੰ ਪਸੰਦ ਆਈ ਹੈ ਮੇਰੀ ਕੋਸ਼ਿਸ਼ ਤਾਂ ਫਿਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਔਰ ਸਹੀ ਹੈ ਜਾ ਕੇ ਦੇਖੋ ਯਾਰ ਮੈਂ ਇਹਨਾਂ ਦਾ ਵਲੌਗ ਪਹਿਲੇ ਹੀ ਦੇਖਿਆ ਤੇ ਜਿਵੇਂ ਮੈਂ ਵੀਡੀਓ ਦੇ ਵਿੱਚ ਇਨ ਬਿਟਵੀਨ ਗੱਲ ਕੀਤੀ ਸੀ ਕਿ ਜੇਕਰ ਤਾਂ ਤੁਹਾਡੀ ਮਦਰ ਟੰਗ ਪੰਜਾਬੀ ਨਹੀਂ ਹੈ ਤੇ ਤੁਸੀਂ ਹਿੰਦੀ ਉਰਦੂ ਬੋਲਦੇ ਹੋ ਸਪੈਨਿਸ਼ ਫ੍ਰੈਂਚ ਬੋਲਦੇ ਹੋ ਜੇ ਤੁਸੀਂ ਉਹ ਚੈਲੰਜ ਕਰਦੇ ਹੋ ਮਾੜਾ ਮੋਟਾ ਤੁਹਾਨੂੰ ਮਾੜਾ ਮੋਟਾ ਆਉਂਦਾ ਤਾਂ ਆਈ ਥਿੰਕ ਉਹ ਸਹੀ ਹੈ ਪਰ ਇਹਨਾਂ ਲਈ ਵੀ ਠੀਕ ਹੈ ਕਿਉਂਕਿ ਇਹ ਤਾਂ ਪੰਜਾਬੀ ਮਾਂ ਬੋਲੀ ਨੂੰ ਛੱਡ ਕੇ ਅਤੇ ਹੁਣ ਇਹ ਉਰਦੂ ਬੋਲਦੇ ਆ ਹਰ ਵਾਰ ਮਤਲਬ ਡੇਲੀ ਰੂਟੀਨ 'ਚ ਦੈਟਸ ਵਾਈ ਜਿਹੜਾ ਉਹਨਾਂ ਨੂੰ ਪੰਜਾਬੀ ਬੋਲਣ ਦੇ ਵਿੱਚ ਥੋੜ੍ਹੀ ਬਹੁਤ ਦਿੱਕਤ ਆ ਰਹੀ ਹੈ ਕਿਉਂਕਿ ਉਹ ਉਹਨਾਂ ਦੀ ਭਾਸ਼ਾ ਹੁਣ ਉਹ ਰਹੀ ਨਹੀਂ ਹੈ ਨਾ ਜਿਹੜਾ ਕਿ ਆਪਾਂ ਹਮੇਸ਼ਾ ਆਪਣੇ ਚੈਨਲਾਂ 'ਤੇ ਰੌਲਾ ਪਾਉਂਦੇ ਹਾਂ ਪਰ ਐਨੀ ਵੇਸ ਗਾਈਸ ਜੋ ਵੀ ਹੈ ਮੈਂ ਇਹਨਾਂ ਦੀ ਵੀਡੀਓ ਪਹਿਲੀ ਵਾਰ ਦੇਖੀ ਹੈ ਜੇਕਰ ਇਹਨਾਂ ਦੇ ਵਲੌਗ ਤੁਸੀਂ ਵੇਖਣਾ ਚਾਹੁੰਦੇ ਹੈਗੇ ਆਪਾਂ ਇਹਨਾਂ ਦੇ ਵਲੌਗ 'ਤੇ ਹੋਰ ਰਿਐਕਸ਼ਨ ਕਰੀਏ ਤਾਂ ਮੈਨੂੰ ਥੱਲੇ ਕਮੈਂਟ ਕਰਕੇ ਪੱਕਾ ਦੱਸ ਦਿਓ ਜਾਣ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਬਸ ਦੇਖਦੇ ਹਾਂ ਮਿਲਦੇ ਤੁਹਾਨੂੰ ਕਿਸੇ ਹੋਰ ਵੀਡੀਓ 'ਚ ਸਤਿ ਸ਼੍ਰੀ ਅਕਾਲ